ਖੇਡ ਆ ਦਰਦਾ ਨਹੀਂ ਮਾੜਾ ਮੇਰਾ ਸਿੱਧੂ ਮੂਸੇ ਵਾਲਾ। अस्सलाम वालेकुम जी, किदा सारे वीर भैन भरा मित्र बेली, उम्मीद करांगा सारे वीर भैन भरा मित्र बेली फिट होंगे ते डंडा सर्वस होंगे। सारे मित्रों का वेलकम जी अपने चैनल मूसे वाला रिएक्ट्स दे उत्ते। ते गल करदे अज दी वीडियो दे बारे ते अज असी रिएक्शन लेके आए हां सनी वॉल्टन दे इंटरव्यू दा, ताजे ताजे इंटरव्यू दा पार्ट नंबर 6। ते बिना किसी टेंशन तो बिना किसी झाके तो साडे चैनल नूं कर लो सबसक्राइब ते साडी वीडियो नूं हुणे तो कर दो लाइक, क्योंकि अज गल्लां बातां बहुत घैंट होणियां, पिछलियां जाके वेख के घैंट की होणियां ते इत्थों तुहानूं पता लग जाएगा। अज गल होणी है सनी वॉल्टन दी ते सिद्धू मूसेवाले दी कंट्रोवर्सी दे बारे, ते चैक करदे आं सुला दे बारे, मतलब गल्लां बातां होणियां ते चक्कीए जी लेट गेट चैट ते शैट। ਜੇ ਤੁਸੀਂ ਇੱਕ ਦੂਜੇ ਨੂੰ ਭਰਾ ਮੰਨਦੇ ਆ ਇੰਨਾ ਨੇੜ ਤਾਂ ਤੁਹਾਡਾ ਹਨਾ ਆਪਣਾ ਤਾਂ ਹੋਣੀ ਆ, ਉਹ ਘਰੋਂ ਘਰ ਹੁੰਦੀ ਰਹਿੰਦੀ ਹਨਾ, ਕਿਹੜਾ ਕਰੇ ਸਾਡੇ, ਚਲੋ ਸਾਡਾ ਸਾਹਮਣਾ ਸੀਗਾ ਕੈਮਰੇ ਲੱਗੇ ਆ ਤੇ ਸਾਡਾ ਕੰਮ ਲੋਕਾਂ ਨੂੰ ਪਤਾ ਕਿ ਕੀ ਹੋ ਰਿਹਾ ਹਨਾ, ਤੇ ਆਪਾਂ ਵੀ ਡਰਦੇ ਨੀ ਕਿ ਆਪਾਂ ਕਿ ਯਾਰ ਆਪ ਸਾਨੂੰ ਪਤਾ ਆ ਕੇ ਜੋ ਸਾਨੂੰ ਦੇਖਣਾ ਆਪਣਾ ਸਭੋ ਜਿਹੜਾ ਅਪ ਡਾਊਨ ਦਾ ਉਹ ਜਿਹਨੂੰ ਮੈਂ ਸਮਝਾਉਣਾ ਸੀਗਾ ਕਿ ਜਿੱਥੇ ਮੈਂ ਗਲਤ ਸੀ ਯੇ ਉਹ ਮੈਂ ਸਮਝਾਤਾ ਗੋ ਹਨਾ, ਮੈਂ ਉਹਦੇ ਬਾਰੇ ਮੈਨੂੰ ਬਾਈ ਨਹੀਂ ਵਿਆਹ ਕੇ ਉਹ ਅੱਜ ਗੱਲ ਛੱਡ ਉਹਨਾਂ ਕਿ ਮੈਂ ਕਦੇ ਇੱਦਾਂ ਤੇ ਗੱਲ ਲਈ ਨਹੀਂ ਹਨਾ, ਜੋ ਪਹਿਲੀ ਵਾਰੀ ਗੱਲ ਹੋਈ ਆ ਉਹ ਹੋਈ ਮਾਰਚ ਵਿੱਚ ਹਨਾ, ਦਸ ਨੌ ਦਸ ਮਹੀਨੇ ਬਾਅਦ ਚ ਹੋਈ ਹੈ ਗੱਲ, ਤੇ ਇਹਨੇ ਹੋਇਆ ਕੀ ਸੀ ਉਹ ਕੰਮ ਕਰਕੇ ਜਿਹੜਾ ਮਾੜਾ ਹੋਇਆ ਸੀ, ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਇੰਸਟਾਗ੍ਰਾਮ ਤੇ, ਤੇ ਮੈਂ ਕਦੇ ਸਟੋਰੀ ਪਾ ਤੀ ਇੰਸਟਾਗ੍ਰਾਮ ਤੇ ਕਿ ਹੁਣ ਮੈਂ ਬਹੁਤ ਕੁਛ ਸਿੱਖ ਚੁੱਕਿਆ ਤੇ ਜਿਹੜਾ ਟਾਈਮ ਚੱਲਿਆ ਮੈਨੂੰ ਸਿੱਖਣ ਨੂੰ ਮਿਲਿਆ ਕਿ ਯਾਰ ਸਿੱਧੂ ਸਹੀ ਸੀਗਾ। ਅੱਛਾ ਕਦੋਂ ਨੇ ਮੈਨੂੰ ਬਹੁਤ ਸ਼ੁਰੂ ਤੋਂ ਆਖਿਆ ਸੀ, ਸ਼ੁਰੂ ਤੋਂ ਬਹੁਤ ਜਿਵੇਂ ਮੰਨ ਗਿਆ ਨਾ ਮੈਂ ਗਲਤ ਸਾਂ, ਦੱਸਣ ਲੱਗੀ ਸੀ ਚੀਜ਼ਾਂ ਕਿ ਕਿਵੇਂ ਹੋ ਰਹੀਆਂ ਸਾਡੇ ਸਰਕਲ ਦੇ ਵਿੱਚ, ਉਹ ਉਹਨਾਂ ਕੇ ਯਾਰ ਸਣੀ ਇਹ ਤੇਰਾ ਚੰਗਾ ਨਹੀਂ ਚਾਹੁੰਦੇ ਹਨਾ, ਤੇ ਆਹਦਾ ਬਹੁਤ ਪਰ ਠੀਕ ਆ, ਮੈਂ ਉਹਦੀ ਗੱਲ ਨਹੀਂ ਮੰਨੀ ਬਹੁਤ ਕਿਸੇ ਸਾਰੇ ਭਰਾ ਆਪਣੇ ਬਹੁਤ, ਤੇ ਉਹਨੇ ਮੈਨੂੰ ਆਖਿਆ ਕਿ ਉਹ ਇੱਦਾਂ ਇਹ ਉਹ ਸਹੀ ਤੂੰ ਬਸ ਯੂ ਤਾਂ ਯਾਰ ਕਿ ਤੇ ਸਾਰ ਇਹ ਤੇ ਨੂੰ ਗੱਲ ਕਰ ਉਸ ਟਾਈਮ ਦੀ ਬੜੀ ਚਾਸ ਆਉਂਦੀ ਹੈ ਉਦੋਂ ਨਹੀਂ ਮੰਨਿਆ ਜਦੋਂ ਅਰਧਾ ਰਾਹ ਵਿੱਚ ਤੇ ਸਾਡੇ ਤੇ ਬੰਦਾ ਕਹਿੰਜ ਜੀ ਜਾਂ ਸੀ ਰਿਗਰਟ ਕਰਦਾ ਨਹੀਂ ਉਹ ਉਧਰ ਤਾਂ ਨਾ ਜੀ ਕਿਹੜਾ ਪੰਜਾਬੀ ਜੀ ਪਾਇਆ ਸੀਗਾ ਕਿ ਮੈਂ ਮੈਨੂੰ ਮੈਂ ਸਿੱਖਿਆ ਕਿ ਬਾਈ ਸਹੀ ਸੀਗਾ ਨਾ, ਤੇ ਉਦੋਂ ਮੈਨੂੰ ਮੈਸੇਜ ਆ ਗਿਆ ਤੇ ਸੌਰੀ ਇਹਨੇ ਮੈਨੂੰ ਅਨਬਲੌਕ ਕੀਤਾ ਸੀ ਉਦੋਂ ਇਹਨੇ ਅਨਬਲੌਕ ਕਰਤਾ, ਮੈਂ ਕਦੇ ਜੀ ਦੇਖਿਆ ਕਿ ਬਾਈ ਨੇ ਅਨਬਲੌਕ ਕਰਤਾ ਨਾ, ਸਾਡੇ ਪੰਜਾਬੀਆਂ ਦਾ ਹੀ ਰੌਲਾ। ਸੋ ਮੈਨੂੰ ਸੀਗਾ ਕਿ ਮੈਂ ਇਹਨੂੰ ਕਿਤੇ ਨਾ ਕਿਤੇ ਬੋ ਜੇ ਅੱਜ ਨੀ ਕੱਲ ਨੂੰ ਨੀ ਸਾਲ ਬਾਅਦ ਚ ਦੋ ਸਾਲ ਬਾਅਦ ਮੈਂ ਬਾਈ ਨੂੰ ਸੋਰੀ ਆਖੂਗਾ ਬੋ ਬਾਬਾ ਕੁਛ ਵੀ ਹੁੰਦਾ ਮੈਂ ਉਹਨੂੰ ਮਿਲ ਕੇ ਆਊਂਗਾ ਮੈਨੂੰ ਸੋਰੀ ਕਿਤੇ ਨਾ ਕਿਤੇ ਉਹ ਟੱਕਰੂਗਾ ਮੈਨੂੰ ਆਖਿਆ ਯਾਰ ਤੂੰ ਸਹੀ ਸੀਗਾ, ਤੇ ਜਦੋਂ ਮੈਂ ਸਟੋਰੀ ਤੇ ਪਾਇਆ ਬ੍ਰੋ ਮੈਂ ਇਹਨੂੰ ਮੈਸੇਜ ਭੇਜਤਾ ਜਲਦੀ ਜੋ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਨੂੰ ਬਲੌਕ ਕੀਤਾ, ਤੇ ਬ੍ਰੋ ਇਹਦਾ ਮੈਨੂੰ ਦਸ ਘੰਟ ਬਾਹਲੇ ਆ, ਦਸ ਘੰਟ ਬਾਅਦ ਚ ਮੈਸੇਜ ਆ ਗਿਆ ਮੈਨੂੰ, ਮੈਂ ਮੈਸੇਜ ਭੇਜ ਕੇ ਉੱਥੇ ਦੱਸ ਦੇਣਾ ਵੀ ਬੰਦਾ ਮੈਸੇਜ ਕਰਨ ਲੱਗ ਗਿਆ, ਉਹ ਆ ਵੀ ਗਿਆ ਸੀ ਮੇਰੇ ਤੋਂ ਮੈਸੇਜ ਵੀ ਬੰਦ ਹੋਇਆ, ਤੇ ਆਹਦਾ ਕਿ ਬ੍ਰੋ ਮੈਂ ਤੈਨੂੰ ਦੱਸਿਆ ਸੀ ਗੱਲ ਨੀ ਲਈ ਹਨਾ, ਤੇ ਬੋ ਉਹ ਤੋਂ ਅਸੀਂ ਫਿਰ ਗੱਲ ਕਰਨ ਲੱਗ ਗਏ ਬੋਲਣ ਲੱਗ ਗਏ ਫਿਰ ਹਨਾ, ਤੇ ਮੈਨੂੰ ਲੱਗਿਆ ਕਿ ਬੋ ਥੋੜਾ ਜਿਹਾ ਜਿਵੇਂ ਮੈਨੂੰ ਮਾੜੀ ਮੋਟੀ ਗੱਲ ਚੱਲੀ ਬੋ ਚਾਰ ਪੰਜ ਮਹੀਨੇ
ਤੇ ਮੈਨੂੰ ਲੱਗਿਆ ਸੋਖੇ ਜਿਹੜਾ ਕੁਛ ਮੈਂ ਕਰਨਾ ਸੀ ਸੋਰੀ ਆਖਣਾ ਸੀ ਮੈਂ ਉਹ ਆਖੀ ਹਾਂ ਤੂੰ ਮੈਨੂੰ ਥੋੜੀ ਮਨ ਦੀ ਤਸੱਲੀ ਸੀ ਯਾਰ ਮੇਰੇ ਮਨ ਚ ਜਿਹੜੀ ਸੀ ਮੈਂ ਉਹਨੂੰ ਆਦਤ ਹੈ ਹਨਾ ਤੇ ਮੇਰੇ ਭਰਾ ਨੂੰ ਪਤਾ ਹੋਣਾ ਚਾਹੀਦਾ ਰਾਈਟ ਤੇ ਜੇ ਜਦੋਂ ਅਕਤੂਬਰ ਦੀ ਗੱਲ ਹੁੰਦੀ ਹੈ ਜੋ ਅਸੀਂ ਮਿਲੇ ਸੀਗੇ ਜੋ ਫੋਟੋ ਪਾਈ ਸੀ ਹਨਾ ਅਸੀਂ ਮੈਂ ਬਾਹਰ ਸੀ ਬ੍ਰੋ ਤੇ ਮੈਂ ਮਾਰਚ ਤੋਂ ਲੈ ਕੇ ਅਕਤੂਬਰ ਤੱਕ ਅਸੀਂ ਗੱਲ ਕੀਤੀ ਪਰ ਇੰਨੀ ਨੀ ਤੇ ਮਾੜੀ ਮੋਟੀ ਫੋਨ ਤੇ ਵੀ ਗੱਲ ਕੀਤੀ ਆ ਹਨਾ ਤਾਂ ਅਕਤੂਬਰ ਦੇ ਦਿਨ ਬ੍ਰੋ ਹੁੰਦਾ ਜਦੋਂ ਇਹ ਕੈਨੇਡਾ ਆਇਆ ਸੀਗਾ ਤੇ ਮੈਂ ਬਾਹਰ ਗਿਆ ਸੀ ਇਹਦਾ ਮੈਨੂੰ ਇੰਡੀਆ ਦਾ ਫੋਨ ਆਇਆ ਪਰ ਉਹ ਨੀ ਸਿੱਧੂ ਨੰਬਰ ਸੀ ਫੋਨ ਸੀ ਮੈਂ ਆਖਿਆ ਮੈਂ ਚੱਕਿਆ ਨੀ ਤੇ ਮੈਨੂੰ ਪਤਾ ਨੀ ਸੀ ਮੈਂ ਆਖਿਆ ਮੈਂ ਬਿਜ਼ੀ ਸੀਗਾ ਸੋ ਫੋਨ ਆਖਿਆ ਉਹ ਬੰਦੇ ਮੈਨੂੰ ਵੋਇਸ ਨੋਟ ਭੇਜਿਆ ਤੇ ਨੰਬਰ ਨੇ ਸਾਰੀ ਤੇ ਉਹ ਸਿੱਧੂ ਸੀ ਅੱਛਾ ਤੇ ਬਹੁਤ ਸਾਰੀ ਮੈਂ ਸਿੱਧੂ ਬੰਦਾ ਫੋਨ ਫੋਨ ਕਰੀ ਮੈਨੂੰ ਜ਼ਰੂਰੀ ਕੰਮ ਆ ਤੇ ਮੈਂ ਪਾਰਟੀ ਤੇ ਸੀ ਬ੍ਰੋ ਮੈਨੂੰ ਲੱਗਦਾ ਕਿ 10:30-11 ਵਜੇ ਸੀ ਉਦੋਂ ਰਾਤ ਦੇ ਤੇ ਜਨਮਦਿਨ ਤੇ ਗਿਆ ਸੀ ਕਿਸੇ ਦੇ ਤੇ ਮੈਨੂੰ ਲੱਗਦਾ ਕਿ ਬ੍ਰੋ ਮੈਂ ਉਹਨੂੰ ਫੋਨ ਕੀਤਾ ਬਾਹਰ ਨਿਕਲ ਕੇ ਆ ਕਿ ਬ੍ਰੋ ਮੈਂ ਬ੍ਰੈਂਪਟਨ ਆ ਗਿਆ ਮੈਂ ਤੇਰੇ ਘਰ ਦੇ ਸਾਹਮਣੇ ਆ ਜਦ ਕੋਈ ਦੱਸਿਆ ਨਹੀਂ ਸੀ ਮੈਂ ਸਾ ਨਹੀਂ ਆ ਰਿਹਾ ਆਪਾਂ ਮਿਲਾਂਗੇ ਨੋ ਨਥਿੰਗ ਬ੍ਰੋ ਸਾਡੀ ਉਹ 5-6 ਮਹੀਨੇ ਮਾਰਚ ਤੋਂ ਅਕਤੂਬਰ ਤੋਂ ਇੰਨੀ ਗੱਲ ਨਹੀਂ ਹੋਈ ਕਿ ਮੈਨੂੰ ਲੱਗਿਆ ਕਿ ਮੈਨੂੰ ਮਿਲੂਗਾ ਹਨਾ ਕਿ ਮੈਂ ਕਿ ਚਲੋ ਮੇ ਬੀ ਸ਼ੋਅ ਤੇ ਆਇਆ ਮੈਂ ਤੁਹਾਨੂੰ ਕਿਤੇ ਤੇ ਮੈਨੂੰ ਮੈਸੇਜ ਆਇਆ ਕਿ ਬ੍ਰੋ ਮੈਂ ਸਾ ਨਹੀਂ ਤੇਰੇ ਘਰ ਦੇ ਬਾਹਰ ਆ ਕਿੱਥੇ ਆ ਤੂੰ ਘਰ ਦੇ ਬਾਹਰ ਤੂੰ ਮੈਂ ਕਿ ਬ੍ਰੋ ਮੈਂ ਤਾਂ ਬਾਹਰ ਗਿਆ ਤੇ ਆ ਲੱਗੇ ਬਹੁ ਆਇਆ ਮੈਂ ਇੱਥੇ ਵੇਟ ਕਰਦਾ ਮੈਂ ਆਖਿਆ ਸੋਰੀ ਸੀ ਤੂੰ ਮੈਂ ਬਹੁ ਕਿਸੋ ਮੈਂ ਆਸਦਾ 12 ਤੋਂ ਬਾਅਦ ਚ ਤੇ ਓਕੇ ਮੈਂ ਆਉਂਦਾ ਮੈਂ ਮਾਦਾ ਮੈਂ ਜਿਹਨੂੰ ਮਿਲੀ ਹਾਂ ਮੈਂ ਠੀਕ ਆ ਸੋ ਮੈਂ 12 ਵਜੇ ਕਰ ਕਰਕੇ ਮੈਂ ਉਹਨੂੰ ਫੋਨ ਕੀਤਾ ਮੈਂ ਆਖਿਆ ਬਹੁ ਮੈਂ ਉਹਨਾਂ ਘਰੇ ਕਿੱਥੇ ਆ ਮੈਂ ਆ ਗਿਆ ਹਾਂਜੀ ਬਹੁਤ ਜਦੋਂ ਅਸੀਂ ਉਸ ਦਿਨ ਮਿਲੇ ਆ ਮੇਰੇ ਲਈ 6-7 ਸਾਲ ਹੋ ਗਏ ਹੁਣ ਤਾਂ ਜਿੰਨਾ ਮੈਂ ਸਿੱਧੂ ਨੂੰ ਜਾਣਦਾ ਜਿੰਨਾ ਅਸੀਂ ਮੂਮੈਂਟਸ ਕ੍ਰੀਏਟ ਕੀਤੇ ਆ ਹਿਸਟਰੀ ਕ੍ਰੀਏਟ ਕੀਤੀ ਇਕੱਠੇ ਨੇ ਜਿਹੜਾ ਉਹ ਦਿਨ ਸੀ ਬਹੁਤ ਮੇਰੇ ਲਈ ਸਭ ਤੋਂ ਨੇੜ ਦਿਨ ਆ ਉਹ ਦਿਨ ਬਹੁਤ ਸਾਡੇ ਦੇ ਵਿੱਚ ਜੋ ਅਸੀਂ ਬੈਠੇ ਬਹੁਤ ਅਸੀਂ ਮੈਂ ਘਰ ਦੇ ਸਾਹਮਣੇ ਬਹਿ ਗਏ 4-5 ਘੰਟੇ ਲੱਗੇ ਉਹ ਟਾਈਮ ਇੰਨੀ ਛੇਤੀ ਲੰਘ ਗਿਆ ਸੀ ਬਹੁ ਪਹਿਲੀ ਗੱਲ ਤੋਂ ਜੋ ਅਸੀਂ ਮਿਲੇ ਦੋਨਾਂ ਦੀਆਂ ਅੱਖਾਂ ਭਰੀਆਂ ਬਹੁ ਮੈਂ ਕਿਸੇ ਕਿਸੇ ਸਿੱਧੂ ਨੂੰ ਇੱਦਾਂ ਕਦੇ ਦੇਖਿਆ ਨੀ ਨੈਵਰ ਹੈਵ ਆਈ ਸੀਨ ਹਿਮ ਦੇਖਿਆ ਕੋਈ ਤਾਂ ਇਮੋਸ਼ਨ ਹੋ ਜਾਂਦਾ ਹੈ ਮੈਂ ਨਹੀਂ ਦੇਖਿਆ ਕਿ ਬਹੁ ਯੂ ਨੋ ਹੀ ਇਜ਼ ਐਵਰ ਬਟ ਟੂ ਕ੍ਰਾਈ ਹੈਸ ਟੀਅਰਸ ਇਨ ਹਿਸ ਆਈਜ਼ ਰਾਈਟ ਸੋ ਬਹੁ ਮੇਰਾ ਤਾਂ ਬਹੁ ਮੈਂ ਤਾਂ ਹੁਣ ਦੇਖ ਲਿਆ ਕਿ ਮੇਰੇ ਤੁਸੀਂ ਦੋਨੋਂ ਸੀਗੇ ਬਸ ਮੈਨੂੰ ਫੀਲ ਹੋਣ ਲੱਗ ਗਿਆ ਸੀ ਨਾ ਸਗੋਂ ਵੀ ਅਸੀਂ ਬਹਿ ਗਏ ਤੇ ਬਹੁ ਮੈਨੂੰ ਫੌਜੀ ਵੀ ਮੈਂ ਥੋੜੇ ਜਿਵੇਂ ਪਤਾ ਨੀ ਯਾਰ ਏਦਾਂ ਕਿਵੇਂ ਹੋ ਸਕਦਾ ਯਾਰ ਅਸੀਂ ਜਿਹੜਾ ਮੇਰੇ ਮਨ ਚ ਗੱਲ ਸੀ ਬਹੁ ਜਿਹੜੀ ਮੈਂ ਮੈਨੂੰ ਪਤਾ ਨੀ ਆਪਾਂ ਦੁਬਾਰਾ ਉਹ ਗੱਲ ਛੇੜਨੀ ਸੀ ਅਸੀਂ ਬਹੁ ਉਹਨੇ ਆਖਿਆ ਦੱਸ ਦੇ ਕਿ ਕੀ ਆ ਹਨਾ ਬਹੁ ਇਹਨੇ ਤਾਂ ਪੁੱਛਿਆ ਕਿ ਜਦੋਂ ਸਾਡਾ ਡਾਊਨ ਚੱਲਿਆ ਬ੍ਰੋ ਉਸ ਟਾਈਮ ਦੇ ਵਿੱਚ ਸਿੱਧੂ ਤੇ ਮੇਰੀ ਗੱਲ ਜਮਾਂ ਨਹੀਂ ਹੋਈ 1% ਵੀ ਨਹੀਂ ਹੋਈ ਸੀ ਹਨਾ ਸੋ ਬ੍ਰੋ ਇਹਨੇ ਜੋ ਮੈਨੂੰ ਆਖਿਆ ਮੈਂ ਦੱਸਤਾ ਮੈਂ ਆਖਿਆ ਬ੍ਰੋ ਲਾਈਕ ਮੈਨੂੰ ਆਹ ਲੱਗਿਆ ਸਿੱਧੂ ਇਹ ਉਹ ਲੱਗਿਆ ਹਨਾ ਤੇ ਮੈਂ ਆਖਿਆ ਬ੍ਰੋ ਮੈਂ ਗੱਲ ਛੇੜਨਾ ਨਹੀਂ ਚਾਹੁੰਦਾ ਪਰ ਤੂੰ ਪੁੱਛ ਰਿਹਾ ਮੈਂ ਤੈਨੂੰ ਦੱਸ ਦਿੰਦਾ ਸੋ ਬ੍ਰੋ ਫਿਰ ਉਹਨੇ ਦੱਸਿਆ ਕਿ ਬ੍ਰੋ ਜਦੋਂ ਮੈਂ ਉਹਨੂੰ ਦੱਸਿਆ ਕਿ ਬਾਈ ਏਦਾਂ ਲੱਗਿਆ ਮੈਨੂੰ ਬਹੁ ਜਿਹੜਾ ਜਵਾਬ ਉਹਨੇ ਮੈਨੂੰ ਉਹ ਦੱਸਿਆ ਸੀ ਬਹੁ ਮੈਂ ਆਖਿਆ ਬਹੁ ਪੂਰੀ ਕਹਾਣੀ ਚ ਕਨਫਿਊਜ਼ਨ ਹੀ ਆ ਬਹੁ ਅਸੀਂ ਇੱਕ ਦੂਜੇ ਨੂੰ ਜਿਵੇਂ ਇੱਕ ਪਤਾ ਨਹੀਂ ਕਿਉਂ ਕਨਫਿਊਜ਼ ਹੀ ਹੋ ਗਏ ਬਹੁ ਗੱਲ ਬਹੁਤ ਛੋਟੀ ਕੁਛ ਵੀ ਨਹੀਂ ਸੀ ਬਹੁ ਮਤਲਬ ਬਹੁਤ ਕੁਛ ਹੁੰਦਾ ਬਹੁ ਲਾਈਫ ਚ ਬਹੁਤ ਹੁੰਦਾ ਕੱਲਾ ਆਪਣੇ ਕੰਮ ਚ ਨੀ ਲਾਈਫ ਚ ਹੁੰਦਾ ਹਨਾ ਪਰਿਵਾਰਾਂ ਚ ਹੁੰਦਾ ਕਹਾਣੀ ਚ ਭਾਂਡਾ ਚ ਲੋਕੀ ਤੇ ਬ੍ਰੋ
That's it, bro. It felt so normal. ਇਹ ਤੁਹਾਡਾ ਹੁਣ ਲਾਈਕ ਯੂ ਸੈਡ ਬਿਫੋਰ ਟੂ ਵੀ ਸਿੱਧੂ ਹਮੇਸ਼ਾ ਤੈਨੂੰ ਵੱਡਾ ਭਰਾ ਮੰਨਦਾ ਸੀ ਫॉर ਯੂ ਹੀ ਇਜ਼ ਅ ਲਿਟਲ ਬ੍ਰਦਰ ਭਰਾਵਾਂ ਚ ਹੁੰਦੀ ਰਹਿੰਦੀ ਗੱਲ ਬਟ ਸਿੱਧੂ ਦਾ ਵੀ ਬੜਾ ਵੱਡਾ ਦਿਲ ਆ ਭਾਵੇਂ ਜੋ ਵੀ ਹੋਇਆ ਸਾਨੂੰ ਪਤਾ ਵੀ ਸਨੀ ਦੀ ਆਦਤ ਹੈ ਕੋਈ ਵੀਡੀਓ ਫਾ ਦੇਣੀ ਕੁਛ ਕਹਿ ਦੇਣਾ ਬਟ ਹੀ ਸਟਿਲ ਕੇਮ ਵੀ ਸਨੀ ਯਾਰ ਕੋਈ ਉਹਨੇ ਹਾਸੇ ਮਜ਼ਾਕ ਚ ਵੀਡੀਓ ਚ ਵੀ ਕਹਿ ਦੇਣਾ ਕੋਈ ਐਸੀ ਗੱਲ ਰਾਈਟ ਵੀ ਉਹਨੇ ਵੀਡੀਓ ਚ ਕਿਹਾ ਕਿ ਸਨੀ ਯਾਰ ਲੱਸੀ ਪੀਤੀ ਹੈ ਬ੍ਰਦਰ ਜੋ ਹੀ ਇਜ਼ ਆਲਵੇਸ ਟਿਚਰਾ ਕਰਦੀਆਂ ਵਧੀਆ ਲੱਸੀ ਦੀ ਗੱਲ ਉਹਨੇ ਮੈਨੂੰ ਆਖਿਆ ਬ੍ਰੋ ਉਹਨਾਂ ਕਿ ਸਨੀ ਜੋ ਆਪਣਾ ਚੱਲ ਰਿਹਾ ਸੀ ਆਹਦਾ ਕਿ ਬ੍ਰੋ ਅਸੀਂ ਜੋ ਵਾਲੀਬਾਲ ਖੇਡਦੇ ਹਾਂ ਤੇ ਬੰਦੇ ਘੱਟ ਹੁੰਦੇ ਫੀਲਡ ਤੇ ਉਹਦਾ ਲੁੱਕ ਲੱਗ ਲੱਗ ਕੇ ਮੈਨੂੰ ਉਹਦੇ ਕਾਲੇ ਲੈ ਕੇ ਆ ਜਾਓ ਉਹਦੇ ਲਈ ਬਹੁਤ ਨੋਰਮਲ ਸੀ ਉਹ ਦਿਨ ਉਹਨੇ ਮੈਨੂੰ ਆਖਿਆ ਕਿ ਬ੍ਰੋ ਅਸੀਂ ਬੈਠੇ ਹਾਂ ਅਰੇ ਸਾਰਾ ਲੱਸੀ ਵਾਲੀ ਗੱਲ ਕਿੱਥੋਂ ਆਈ ਇਹਨੇ ਉਹਨੂੰ ਮਾਈਂਡ ਨਹੀਂ ਸੀ ਨਾ ਕੁਝ ਨਹੀਂ ਸੀ ਬ੍ਰੋ ਤੇ ਬ੍ਰੋ ਸਾਡ ਮੈਨੂੰ ਵੀ ਕੁਝ ਨਹੀਂ ਸੀ ਕਰਦਾ ਜਿਵੇਂ ਮੈਂ ਲਾਈਵ ਤੇ ਬੋਲਿਆ ਤਾਂ ਕੁਝ ਵੀ ਹੋਇਆ ਬ੍ਰੋ ਅਸੀਂ ਜੋ ਕੁਝ ਵੀ ਚੱਲਿਆ ਅਸੀਂ ਨੋਰਮਲੀ ਗੱਲ ਕੀਤੀ ਜਿਵੇਂ ਅਸੀਂ ਸਟੂਡੀਓ ਬਹਿ ਕੇ ਗੱਲ ਕਰਦੇ ਹਾਂ ਲੋਕਾਂ ਨੂੰ ਲੱਗਿਆ ਕਿ ਅਸੀਂ ਇੱਕ ਦੂਜੇ ਇਦਾਂ ਦੇ ਬੋਲਦੇ ਨੇ ਪਰ ਉਹ ਸਾਡੇ ਲਈ ਤਾਂ ਭਰਾਵਾਂ ਵਿੱਚ ਉਹਨੇ ਆਖਿਆ ਸਹੀ ਢੱਡ ਕੱਢਿਆ ਸਾਰਾ ਮੋਟਾ ਜਿੰਮ ਜਾਏਗਾ ਅਕਟੋਬਰ ਤੋਂ ਲੈ ਕੇ ਫਿਰ ਅਗਲੇ ਕੁਝ ਮਹੀਨੇ ਤੁਹਾਡੀ ਗੱਲਬਾਤ ਆਈ ਥਿੰਕ ਐਵਰੀ ਡੇ ਹੁੰਦੀ ਸੀ ਰਾਈਟ ਥਰੂ ਵਟਸਐਪ ਐਂਡ ਵਾਟ ਨਾਟ ਜਾਂ ਫਿਰ ਗਾਣੇ ਬਣਾ ਲੱਗ ਪਈ ਕਵਰੇਟ ਉਹ ਜਿਹੜਾ ਮਾਹੌਲ ਬਣਿਆ ਉਹ ਫਿਰ ਤੋਂ ਕਿਵੇਂ ਬਣਿਆ ਵੀ ਸਿੱਧੂ ਬਾਈ ਨੇ ਕਿਹਾ ਕਿ ਸਨੀ ਯਾਰ ਚੱਲ ਹੁਣ ਕਰਦੇ ਆ ਗਾਣੇ ਉਹ ਕਿਦਾਂ ਹੋਇਆ ਉਹਨੇ ਬਣਾਇਆ ਬ੍ਰੋ ਇਹ ਬਿਲੇ ਜਿਵੇਂ ਨੇ ਅਜੀ ਕਿਵੇਂ ਪ੍ਰੋਗਰਾਮ ਬਣਾਇਆ ਓਏ ਹੋਏ 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 ਅੱਜ ਤੱਕ ਗੱਲਾਂ ਹੋਈਆਂ ਗਾਇਜ਼ ਇੱਥੋਂ ਤੱਕ ਕਿ ਤੁਹਾਡੇ 'ਚ ਲੜਾਈ ਕਿਉਂ ਹੋਈ ਕਿਸ ਵਜ੍ਹਾ ਤੋਂ ਹੋਈ ਗਾਣੇ ਲੀਕ ਕੀਤੇ ਸੀ ਔਰ ਨਾਲ ਫਿਰ ਮੇਰੇ ਨਾਲ ਬਾਅਦ ਚੋਂ ਆਇਆ ਲੱਸੀ ਵਾਲੀ ਵੀਡੀਓ ਬਾਅਦ ਚ ਨਿਕਲੀ ਸੀ ਬ੍ਰੋ ਤੂੰ ਸਾਡੇ ਘਰ ਆਇਆ ਸੀ ਬ੍ਰੋ ਤੂੰ ਲੱਸੀ ਪੀਤੀ ਸੀ ਬ੍ਰੋ ਤੇ ਗੱਲ ਨਿਕਲੀ ਸੀ ਫਿਰ ਉਹ ਵੀ ਕੁਛ ਨਹੀਂ ਮਿਲਦਾ ਤੇ ਉਹ ਕਹਿੰਦਾ ਸੀ ਤੂੰ ਪੈਸੇ ਦੇਣੇ ਨੇ ਤੇ ਯੇ ਤੇ ਉਹ ਤੇ ਬਾਈ ਇੱਧਰ ਪਿੰਡ ਦੇ ਵਿੱਚ ਮਸਰੂਰ ਸੀ ਤੇ ਬਾਈ ਨੂੰ ਹੀ ਮਤਲਬ ਕਿਸੇ ਨੇ ਭੜਕਾ ਦਿੱਤਾ ਜਾਂ ਕੀ ਗੱਲ ਕਰਤੀ ਤੇ ਮਤਲਬ ਉਹਨੂੰ ਵੀ ਗੇਹਨ ਲਾਈਆਂ ਜੜੇ ਦੇ ਪੁੱਤਰਾਂ ਨੇ ਮਰਦਾਂ ਦਾ ਕੰਮ ਕੀਤਾ ਕਿ ਮਿਲਦਿਆਂ ਸਾਰੀ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੀ ਉਹ ਖਤਮ ਕਰ ਦਿੱਤੀ ਹਰ ਚੀਜ਼ ਮਤਲਬ ਦੁਬਾਰਾ ਫੇਰ ਅੱਛਾ ਇਹ ਫੈਸਲਾ ਸੀ ਇਹਨਾਂ ਦਾ ਕਿ ਅਸੀਂ ਕੰਟੈਂਟ ਦੁਬਾਰਾ ਬਣਾਈਏ ਹਾਂ ਤੇ ਅੱਗੇ ਦੇਖਾਂਗੇ ਕਿਹੜੇ ਕਿਹੜੇ ਗਾਣੇ ਬਣੇ ਤੇ ਜਰਨੀ ਕਿਸ ਤਰ੍ਹਾਂ ਚੱਲੀ ਕਿਵੇਂ ਸੁਲਾ ਤੋਂ ਬਾਅਦ ਕੀ ਕੁਝ ਚੱਲੇ ਵੀਡੀਓ ਨੂੰ ਤੁਸੀਂ ਹੁਣੇ ਤੋਂ ਲਾਈਕ ਕਰ ਦਿਓ ਅਗਰ ਮੂਸੇਵਾਲਾ ਦੇ ਫੈਨ ਹੋ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਆਪਾਂ ਫਿਰ ਕਿਸੇ ਹੋਰ ਵੀਡੀਓ ਵਿੱਚ ਸਾਡੇ ਹੋ ਗਿਆ ਜੀ ਲਵ ਯੂ